ਸਤਿ ਸ਼੍ਰੀ ਅਕਾਲ ਫੈਕਟਰੀ ਦੇ तमाम ਦਸ਼ਕਾਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਪ੍ਰੋਗਰਾਮ ਖਬਰਾਂ ਦਾ ਨਿਚੋੜ ਲੈ ਕੇ ਮੈਂ ਬਲਵਿੰਦਰ ਸਿੰਘ ਢੀਂਸਾ ਤੁਹਾਡੇ ਨਾਲ ਹਾਜ਼ਰ ਹਾਂ ਮੇਰੇ ਨਾਲ ਮੌਜੂਦ ਰਹਿਣਗੇ ਮੇਰੇ ਸੀਨੀਅਰ ਸਹਿਯੋਗੀ ਵਿਜੇ ਬੋਰਾ ਤਾਂ ਅੱਜ ਦੀਆਂ ਮੁੱਖ ਖਬਰਾਂ ਉੱਤੇ ਚਰਚਾ ਕਰਾਂਗੇ ਪਹਿਲੀ ਖਬਰ ਇਹ ਹੈ ਕਿ ਅੱਜ ਗਣਤੰਤਰ ਦਿਵਸ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਵੱਡੇ ਐਲਾਨ ਨੇ ਜਿਹੜੇ ਪੰਜਾਬ ਦੇ ਲੋਕਾਂ ਲਈ ਕੀਤੇ ਗਏ ਨੇ ਦੂਜੀ ਵੱਡੀ ਖਬਰ ਇਹ ਹੈ ਕਿ ਅੱਜ ਨਿਰਮਲ ਰਿਸ਼ੀ ਅਤੇ ਪ੍ਰਣ ਸਬਰਵਾਲ ਨੂੰ ਪਦਮ ਸ਼੍ਰੀ ਪੁਰਸਕਾਰ ਦਾ ਐਲਾਨ ਕੀਤਾ ਗਿਆ ਤੀਜੀ ਵੱਡੀ ਖਬਰ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਜਨਤਕ ਕੀਤੀ ਗਈ ਹੈ ਕਿ ਉਹਨਾਂ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਪ੍ਰੈਗਨੈਂਟ ਨੇ ਅਤੇ ਮਾਰਚ ਦੇ ਮਹੀਨੇ ਉਹਨਾਂ ਦੇ ਘਰ ਖੁਸ਼ੀ ਆਉਣਗੀਆਂ ਲੇਕਿਨ ਇਸ ਮੌਕੇ ਉਹਨਾਂ ਨੇ ਇੱਕ ਖਾਸ ਸੁਨੇਹਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ ਉਹ ਸੁਨੇਹੇ ਉੱਤੇ ਵੀ ਚਰਚਾ ਕਰਾਂਗੇ ਚੌਥੀ ਖਬਰ ਪੰਜਾਬ ਦੇ ਮੌਸਮ ਨਾਲ ਜੁੜੀ ਹੋਈ ਹੈ ਅਤੇ ਪੰਜਵੀਂ ਘਟ ਖਬਰ ਹੈ ਜਿਹੜੀ ਉਹ ਇੰਡੀਆ ਘਟ ਜੋੜ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਇੰਡੀਆ ਘਟ ਜੋੜ ਨੂੰ ਲੈ ਕੇ ਇੱਕ ਜਿਹੜੀ ਜੰਗ ਚੱਲ ਰਹੀ ਹੈ ਜਿਹੜੀ ਸਿਆਸੀ ਬਿਆਨਬਾਜ਼ੀ ਚੱਲ ਰਹੀ ਆ ਤਾਂ ਉਸ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਵੱਡਾ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਤਾਂ ਚਰਚਾ ਕਰਾਂਗੇ ਤਾਂ ਵਿਜੇ ਜੀ ਅੱਜ 26 ਜਨਵਰੀ ਹੈ ਦੇਸ਼ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਅੱਜ ਸਿਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਲੋਕਾਂ ਲਈ ਕੁਝ ਇਲਾਨ ਕੀਤੇ ਗਏ ਨੇ ਕੁਝ ਨਵੀਆਂ ਸਕੀਮਾਂ ਨੇ ਜਿਹੜੀਆਂ ਉਹ ਸ਼ੁਰੂ ਕੀਤੀਆਂ ਗਈਆਂ ਨੇ ਤਾਂ ਕਿਹੜੀਆਂ ਸਕੀਮਾਂ ਨੇ ਅਤੇ ਪੰਜਾਬ ਦੇ ਲੋਕਾਂ ਨੂੰ ਉਸਦੇ ਕੀ ਬੈਨੀਫਿਟ ਰਹਿਣ ਵਾਲੇ ਨੇ ਹਾਂ ਬਲਵਿੰਦਰ ਬਿਲਕੁਲ ਦੱਸਣਾ ਚਾਹਾਂਗੇ ਸਭ ਤੋਂ ਪਹਿਲੇ ਤਾਂ ਸਾਡਾ ਫੈਕਟ ਨਿਊਜ਼ ਵੱਲੋਂ ਸਭ ਦੇਸ਼ਵਾਸੀਆਂ ਨੂੰ ਅਤੇ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿਖੇ ਉਹਨਾਂ ਵੱਲੋਂ ਝੰਡਾ ਫੈਰਾਉਣ ਦੀ ਰਸਮ ਜਿਹੜੀ ਅਦਾ ਕੀਤੀ ਗਈ ਤੇ ਉਸ ਮੌਕੇ ਤੇ ਕਈ ਜਿਹੜੀਆਂ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਤੇ ਪੰਜਾਬ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਨੂੰ ਵੀ ਜਿਹੜਾ ਕਿ ਦੱਸਿਆ ਗਿਆ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਪੰਜਾਬ ਦੇ ਵਿੱਚ ਸੜਕ ਸੁਰੱਖਿ ਲੈ ਕੇ ਜਿਹੜਾ ਹੈ ਫੋਰਸ ਤੇ ਨਾਦ ਕੀਤੀ ਗਈ ਹੈ ਉਸ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਤਾਂ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਇੱਕ ਫਰਿਸ਼ਤੇ ਮੁਹਿੰਮ ਸ਼ੁਰੂ ਕੀਤੀ ਗਈ ਸੀਗੀ ਜੋ ਕਿ ਸੜਕੀ ਹਾਦਸੇ ਦੇ ਵਿੱਚ ਲੋਕਾਂ ਨੂੰ ਬਚਾਉਂਦੇ ਸਨ ਉਹਨਾਂ ਨੂੰ ਫਰਿਸ਼ਤੇ ਘੋਸ਼ਿਤ ਕੀਤਾ ਗਿਆ ਸੀਗਾ ਤਾਂ ਇਹੀ ਸਕੀਮ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਹੁਣ ਲਾਂਚ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਅੱਜ ਸ਼ੁਰੂਆਤ ਹੋਈ ਹੈ ਤਾਂ ਇਸ ਦੇ ਨਾਲ ਹੀ ਫਰਿਸ਼ਤੇ ਸਕੀਮ ਵੀ ਜਿਹੜੀ ਲਾਂਚ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੜਕ ਸੁਰੱਖਿਆ ਫੋਰਸ ਲਈ ਹਾਈ ਟੈਕ ਗੱਡੀਆਂ ਜਿਹੜੀਆਂ ਦਿੱਤੀ ਗਈਆਂ ਨੇ ਤੇ ਹਾਈ ਟੈਕ ਗੱਡੀਆਂ ਦੇ ਵਿੱਚ ਜੋ ਅਜੇ ਹੈ ਇਕੁਪਮੈਂਟ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਇਹ ਜਾਣਕਾਰੀ ਆਏਗੀ ਕਿ ਨਜ਼ਦੀਕੀ ਹਸਪਤਾਲ ਕਿਹੜਾ ਹੈ ਤਾਂ ਜਿਹਦੇ ਨਾਲ ਗੱਡੀਆਂ ਜਿਹੜੀਆਂ ਦੂਰੋਂ ਆ ਰਹੀਆਂ ਉਸ ਤੋਂ ਪਤਾ ਚੱਲ ਸਕੇਗਾ ਕਿ ਇਹਨਾਂ ਦੀ ਓਵਰ ਸਪੀਡ ਹੈ ਜਾਂ ਨਹੀਂ ਤਾਂ ਇਸ ਨੂੰ ਲੈ ਕੇ ਕਿਤਨੇ ਕਿਤੇ ਪੰਜਾਬ ਸਰਕਾਰ ਜਿਹੜਾ ਹੈ ਸੜਕਾਂ ਦੀ ਸੁਰੱਖਿਆ ਦੇ ਵਿੱਚ ਜੋ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਇਸ ਦੇ ਨਾਲ ਸੜਕੀ ਸੁਰੱਖਿਆ ਦੇ ਨਾਲ ਜਿਹੜੀ ਹੈਗੀ ਸੜਕੀ ਹਾਦਸੇ ਬਚਾਉਣ ਦੀ ਗੱਲ ਕੀਤੀ ਗਈ ਹੈ ਲੋਕਾਂ ਦੀ ਜਿੰਦਗੀ ਜਿਹੜੀ ਸੜਕ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਪੰਜਾਬ ਸਰਕਾਰ ਬੜੀ ਚਿੰਤਿਤ ਸੀਗੀ ਤਾਂ ਇਸ ਨੂੰ ਲੈ ਕੇ ਜਿਹੜੇ ਵੱਡੇ ਐਲਾਨ ਕੀਤੇ ਗਏ ਨੇ ਤੇ ਅੱਜ ਤੋਂ ਸੜਕ ਸੁਰੱਖਿਆ ਫੋਰਸ ਜਿਹੜੀ ਤਾਇਨਾਤ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਦੱਸਦੀ ਹੈ ਕਿ ਇਸ ਦੇ ਨਾਲ ਜਿਵੇਂ ਕਿ ਮੈਂ ਪਹਿਲੇ ਕਿਹਾ ਸੜਕੀ ਸੁਰੱਖਿਆ ਦੇ ਵਿੱਚ ਸਭ ਤੋਂ ਜ਼ਿਆਦਾ ਓਵਰ ਸਪੀਡ ਹੁੰਦੀ ਹੈ ਤਾਂ ਓਵਰ ਸਪੀਡ ਦੇ ਇਕੁਪਮੈਂਟ ਜਿਹੜੇ ਹੈ ਗੱਡੀਆਂ ਦੇ ਨਾਲ ਲੈਸ ਹੋਣਗੇ ਗੱਡੀਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਅਹਿਮ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਨੇ ਤਾਂ ਇਸ ਦੇ ਨਾਲ ਹੀ ਪੰਜਾਬ ਦੀ ਝਾਂਕੀਆਂ ਨੂੰ ਲੈ ਕੇ ਵੀ ਜਿਹੜਾ ਹੈ ਇੱਕ ਵਿਵਾਦ ਪੈਦਾ ਹੋਇਆ ਸੀਗਾ ਦਿੱਲੀ ਦੇ ਵਿੱਚ ਪੰਜਾਬ ਦੀਆਂ ਝਾਂਕੀਆਂ ਰੱਦ ਕੀਤੀਆਂ ਗਈਆਂ ਸਨ ਤਾਂ ਉਹ ਝਾਂਕੀਆਂ ਨੂੰ ਲੈ ਕੇ ਵੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਵਾਰੀ ਫਿਰ ਤੋਂ ਜਨਤਕ ਤੌਰ ਤੇ ਕਿਹਾ ਗਿਆ ਕਿ ਪੰਜਾਬ ਦੇ ਜੋ ਸੂਬਾ ਪੱਤਰੀ ਪ੍ਰੋਗਰਾਮ ਪਟਿਆਲਾ ਦੇ ਵਿੱਚ ਹੋਇਆ ਰਾਜਪਾਲ ਬਨਵਾਰੀ ਲਾਲ ਪ੍ਰੋਹੋਤ ਵੱਲੋਂ ਰਸਮ ਅਦਾ ਕੀਤੀ ਗਈ ਝੰਡਾ ਫੈਰਾਉਣ ਦੀ ਤਾਂ ਉਸ ਦੇ ਵਿੱਚ ਪੰਜਾਬ ਦੀਆਂ ਝਾਂਕੀਆਂ ਜਿਹੜੀਆਂ ਦਿਖਾਈਆਂ ਗਈਆਂ ਉਸ ਦੇ ਵਿੱਚ ਸ਼ਹੀਦਾਂ ਨੂੰ ਦਿਖਾਇਆ ਗਿਆ ਸਭ ਤੋਂ ਪਹਿਲੇ ਸ਼ਹੀਦ ਆਜਮ ਪਗ ਸਿੰਘ ਜੀ ਦੀ ਤਸਵੀਰ ਦਿਖਾਈ ਗਈ ਕਰਤਾਰ ਸਿੰਘ ਸਰਾਭਾ ਜੀ ਦਿਖਾਈ ਗਈ ਤਾਂ ਸ਼ਹੀਦਾਂ ਦੀ ਜਿਹੜੀ ਪਹਿਲੀ ਚਾਕੀ ਦਿਖਾਈ ਗਈ ਤਾਂ ਉਸ ਤੋਂ ਬਾਅਦ ਜਿਹੜੀ ਹੈ ਮਾਈ ਭਾਗੋ ਦੀ ਤਾਂ ਮਾਈ ਭਾਗੋ ਦੇ ਨਾਲ-ਨਾਲ ਮਹਿਲਾ ਸਸ਼ਕਤੀਕਰਨ ਨੂੰ ਉਜਾਗਰ ਕੀਤਾ ਗਿਆ ਉਸ ਚਾਕੀ ਦਾਹੀਂ ਤਾਂ ਤੀਜੀ ਖਬਰ ਜਿਹੜੀ ਹੈਗੀ ਉਸ ਦੇ ਨਾਲ ਪੰਜਾਬ ਦਾ ਵਿਰਸਾ ਜੁੜਾ ਹੋਇਆ ਜਿਹਦੇ ਵਿੱਚ ਇੱਕ ਮਹਿਲਾ ਜਿਹੜੀ ਹੈ ਫੁਲਕਾਰੀ ਕਰਦੀ ਨਜ਼ਰ ਆ ਰਹੀ ਹੈ ਤਾਂ ਤਿੰਨੋਂ ਚਾਕੀਆਂ ਜਿਹੜੀਆਂ ਹੈ ਕੇਂਦਰ ਕੋਲ ਭੇਜਿਆ ਗਈਆਂ ਸੀਗੀ ਇਹ ਦਿੱਲੀ ਦੇ ਵਿੱਚ 26 ਜਨਵਰੀ ਪ੍ਰੇਡ ਦੇ ਵਿੱਚ ਪੰਜਾਬ ਦੀ ਚੌਕੀ ਦਿਖਾਉਣ ਨੂੰ ਲੈ ਕੇ ਜਿਹੜਾ ਬੜਾ ਵੱਡਾ ਵਿਵਾਦ ਜਿਹੜਾ ਹੈ ਪੈਦਾ ਹੋਇਆ ਸੀਗਾ ਹਾਲਾਂਕਿ ਜਿਹੜੀ 26 ਜਨਵਰੀ ਨੂੰ ਦਿੱਲੀ ਵਿਖੇ ਪ੍ਰੇਡ ਹੋਣੀ ਸੀ ਤਾਂ ਪੰਜਾਬ ਦੀਆਂ ਚਾਂਕੀਆਂ ਨੂੰ ਕੈਨਸਲ ਕਰ ਦਿੱਤਾ ਗਿਆ ਸੀਗਾ ਤੇ ਇਸ ਤੇ ਕਾਫੀ ਵਿਵਾਦ ਜਿਹੜਾ ਹੈ ਪੰਜਾਬ ਸਰਕਾਰ ਨੇ ਜਿਹੜਾ ਚੁੱਕਿਆ ਸੀਗਾ ਤੇ ਇਸ ਤੇ ਲੈ ਕੇ ਵਿਰੋਧੀ ਧਿਰ ਵੀ ਜਿਹੜੇ ਹੈ ਲਗਾਤਾਰ ਇਹ ਕਹਿੰਦੇ ਸੀਗੇ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਫੋਟੋ ਜਿਹੜੀ ਹੈ ਉਸ ਝਾਂਕੀ ਦੇ ਵਿੱਚ ਸੀਗੀ ਤਾਂ ਜਿਹੜੀਆਂ ਹੈ ਪੰਜਾਬ ਦੀਆਂ ਝਾਂਕੀਆਂ ਰੱਦ ਕੀਤੀਆਂ ਗਈਆਂ ਤੇ ਅੱਜ ਸਾਫ ਤੌਰ ਤੇ ਦਿਖਾਇਆ ਗਿਆ ਕਿ ਪੰਜਾਬ ਦੀਆਂ ਝਾਂਕੀਆਂ ਜਿਹੜੀ ਹੈਗੀਆਂ ਉਹ ਦਿਖਾਈਆਂ ਗਈਆਂ ਤਾਂ ਇਹ ਤਸਵੀਰ ਸਾਫ ਹੋ ਚੁੱਕੀ ਹੈ ਕਿ ਪੰਜਾਬ ਦੀਆਂ ਝਾਂਕੀਆਂ ਜੋ ਦਿੱਲੀ ਵਿੱਚ ਭੇਜੀਆਂ ਸੀਗੀਆਂ ਤਾਂ ਉਹਦੀ ਜਨਤਕ ਜਿਹੜੀਆਂ ਕੀਤੀਆਂ ਗਈਆਂ ਤਾਂ ਉਸ ਦੇ ਵਿੱਚ ਸਾਫ ਤੌਰ ਤੇ ਦਿਖਦਾ ਵੀ ਕਿਸੇ ਤਰ੍ਹਾਂ ਦੇ ਵੀ ਕੋਈ ਫੋਟੋ ਨਹੀਂ ਸੀਗੀ ਚਾਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੋਵੇ ਚਾਹੇ ਅਰਵਿੰਦ ਕੇਜਰੀਵਾਲ ਦੀ ਹੋਵੇ ਤਾਂ ਸਾਫ ਤੌਰ ਤੇ ਪੰਜਾਬ ਦੇ ਇਤਿਹਾਸ ਨੂੰ ਦਰਸਾਇਆ ਗਿਆ ਪੰਜਾਬ ਦੇ ਵਿਰਸੇ ਨੂੰ ਦਰਸਾਇਆ ਗਿਆ ਪੰਜਾਬ ਦੇ ਵਿੱਚ ਜੋ ਬਲੀਦਾਨ ਹੋਏ ਹਨ ਦੇਸ਼ ਦੀ ਆਜ਼ਾਦੀ ਲਈ ਉਹਨਾਂ ਸ਼ਖਸੀਅਤਾਂ ਨੂੰ ਉਜਾਗਰ ਕੀਤਾ ਗਿਆ ਸੀਗਾ ਤਾਂ ਇਸ ਦੇ ਨਾਲ ਹੀ ਹੋਰ ਵੱਡੇ ਐਲਾਨ ਵੀ ਕਈ ਅਜਿਹੇ ਕੀਤੇ ਗਏ ਆ ਤੈ ਦੇ ਨਾਲ ਇੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀਏਯੂ ਤੋਂ ਝੰਡਾ ਫੈਰਾਉਣ ਦੀ ਰਸਮ ਤੋਂ ਬਾਅਦ ਜਦ ਲੋਕਾਂ ਨੂੰ ਸੰਬੋਧਨ ਕਰ ਰਹੇ ਸੀਗੇ ਤਾਂ ਸੰਬੋਧਨ ਦੌਰਾਨ ਇਹਨਾਂ ਨੇ ਇੱਕ ਅਹਿਮ ਜਾਣਕਾਰੀ ਜਿਹੜੀ ਦਿੱਤੀ ਹੈ ਅਹਿਮ ਜਾਣਕਾਰੀ ਦੇ ਵਿੱਚ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਘਰੇਲੂ ਗੱਲਾਂ ਜਿਹੜੀਆਂ ਉਜਾਗਰ ਕੀਤੀਆਂ ਤਾਂ ਉਹ ਅਗਲੀ ਖਬਰ ਦੇ ਵਿੱਚ ਡਿਸਕਸ ਕਰਾਂਗੇ ਤਾਂ ਇੱਕ ਹੋਰ ਵੱਡੀ ਖਬਰ ਹੈ ਕਿ ਅੱਜ ਪੰਜਾਬੀ ਫਿਲਮ ਜਗਤ ਵਾਸਤੇ ਵੀ ਵੱਡਾ ਦਿਨ ਹੈ ਕਿਉਂਕਿ ਅਦਾਕਾਰਾ ਨਿਰਮਲ ਰਿਸ਼ੀ ਅਤੇ ਪ੍ਰਾਨ ਸਬਰਵਾਲ ਨੂੰ ਅੱਜ ਪਦਮਸ਼੍ਰੀ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ ਤਾਂ ਉਹਨਾਂ ਦਾ ਕੀ ਯੋਗਦਾਨ ਤੁਸੀਂ ਦੇਖਦੇ ਹੋ ਕਲਾ ਦੇ ਖੇਤਰ ਦੇ ਵਿੱਚ ਅਤੇ ਪੰਜਾਬ ਦੇ ਨਾਲ ਜੁੜੇ ਹੋਰ ਵੀ ਕਈ ਜਿਹੜੇ ਨਾਮ ਨੇ ਪਦਮਸ਼੍ਰੀ ਨੂੰ ਸਾਹਮਣੇ ਆਏ ਨੇ ਤਾਂ ਹੁਣ ਇਹਨਾਂ ਦੋ ਸ਼ਖਸੀਅਤਾਂ ਦਾ ਵੀ ਨਾਮ ਆ ਜਿਹੜਾ ਉਸ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਬਿਲਕੁਲ ਬਲਵਿੰਦਰ ਦੱਸਣਾ ਚਾਹਾਂਗਾ ਕਿ ਗਣਤੰਤਰ ਦਿਵਸ ਮੌਕੇ ਜਿਹੜੇ ਲੋਕ ਕੁਝ ਖਾਸ ਕਲਾ ਦੇ ਖੇਤਰ ਦੇ ਵਿੱਚ ਕੰਮ ਕਰਦੇ ਆ ਜਾਂ ਕਿਸੇ ਖਾਸ ਹੋਰ ਕੰਮਾਂ ਦੇ ਵਿੱਚ ਕੰਮ ਕਰਦੇ ਆ ਤਾਂ ਉੱਗੀਆਂ ਸ਼ਖਸੀਅਤਾਂ ਨੂੰ ਜਿਹੜਾ ਹੈ ਪਦਮਸ਼੍ਰੀ ਅਵਾਰਡ ਦੇ ਨਾਲ ਨਿਵਾਜਿਆ ਜਾਂਦਾ ਹੈ ਤਾਂ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਦੋ ਜਿਹੜੇ ਉੱਗੇ ਸ਼ਖਸੀਅਤਾਂ ਨੇ ਉਹਨਾਂ ਨੂੰ ਪਦਮਸ਼੍ਰੀ ਅਵਾਰਡ ਦਿੱਤਾ ਗਿਆ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜਾ ਆਂਦਾ ਹੈ ਅਦਾਕਾਰਾ ਨਿਰਮਲ ॠषि ਜੋ ਕਿ ਪੰਜਾਬੀ ਟੈਲੀਵਿਜ਼ਨ ਅਤੇ ਅਦਾਕਾਰਾਂ ਨੇ ਤੇ ਇਸ ਦੇ ਨਾਲ ਹੀ ਦੂਜੇ ਪ੍ਰਾਨ ਸਬਰਵਾਲ ਤਾ ਉਹ ਵੀ ਰੰਗਮંચ ਨਾਲ ਜੁੜੇ ਹੋਏ ਨੇ ਥੀਏਟਰ ਕਲਾਕਾਰ رہ ਚੁੱਕੇ ਨੇ ਤਾਂ ਇਸ ਦੇ ਨਾਲ ਤੁਹਾਨੂੰ ਦੱਸ ਦਿਆਂ ਹਲੇ ਵੀ ਉਹ ਜਿਹੜੇ ਹੈ ਥੀਏਟਰ ਦੇ ਨਾਲ ਜੁੜੇ ਹੋਏ ਨੇ ਤੇ ਪਟਿਆਲਾ ਦੇ ਵਿੱਚ ਪੰਜਾਬ ਕਲਾ ਮੰਚ ਦੇ ਦੇ ਖੇਤਰ ਰਾਹੀਂ ਤਾਂ ਲੋਕਾਂ ਨੂੰ ਥੀਏਟਰ ਦੇ ਨਾਲ ਜੁੜਿਆ ਰੱਖਣਾ ਚਾਹ ਰਹੇ ਨੇ ਤਾਂ ਇਸ ਦੇ ਨਾਲ ਹੀ ਨਿਰਮਲ ਰੇਸ਼ੀ ਦਾ ਦਾਦ ਜੀ ਵੀ 60 ਤੋਂ ਵੱਧ ਫਿਲਮਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਕਲਾਕਾਰੀ ਕੀਤੀ ਗਈ ਹੈ ਤੇ ਪਹਿਲੀ ਫਿਲਮ ਜਿਹੜੀ ਉਹਨਾਂ ਦੀ ਸੀਗੀ ਲੌਂਗ ਦਾ ਲਿਸ਼ਕਾਰਾ ਤਾਂ ਦੂਜੀ ਫਿਲਮ ਗੱਲ ਕਰੀਏ ਤਾਂ ਉੱਚਾਦਰ ਬਾਬੇ ਨਾਨਕ ਦਾ ਤਾਂ ਤੀਜੀ ਫਿਲਮ ਜਿਹੜੀ ਸੀਗੀ ਦੀਵਾ ਬਲੇ ਸਾਰੀ ਰਾਤ ਤਾਂ ਇਸ ਦੇ ਨਾਲ ਹੀ ਜਿਹੜੀਆਂ ਨਿੱਕਾ ਗੈਲਦਰ ਜੋ ਅੱਜ ਦੀਆਂ ਫਿਲਮਾਂ ਨੇ ਤਾਂ ਉਹਨਾਂ ਦੇ ਵਿੱਚ ਬਤੌਰ ਅਦਾਕਾਰਾ ਉਹਨਾਂ ਨੇ ਬੜਾ ਵੱਡਾ ਅੱਛਾ ਕੰਮ ਕੀਤਾ ਹੈ ਤਾਂ ਗੁਲਾਬੋ ਮਾਸੀ ਦੇ ਨਾਮ ਤੋਂ ਨਿਰਮਲ ਰਿਸ਼ੀ ਨੂੰ ਜਾਣਿਆ ਜਾਂਦਾ ਕਿਉਂਕਿ ਪਹਿਲੀ ਫਿਲਮ ਦੇ ਵਿੱਚ ਉਹਨਾਂ ਦਾ ਨਾਮ ਗੁਲਾਬੋ ਮਾਸੀ ਸੀਗਾ ਤਾਂ ਗੁਲਾਬੋ ਮਾਸੀ ਦੇ ਨਾਮ ਤੋਂ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਅੱਜ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਉੱਚਾਦਰ ਬਾਬੇ ਨਾਨਕ ਦਾ ਦੇ ਵਿੱਚ ਗੁਰਦਾਸ ਮਾਨ ਜੀ ਨੇ ਕੰਮ ਕੀਤਾ ਸੀਗਾ ਤੋਂ ਜਿਹੜੀ ਅਹਿਮ ਫਿਲਮ ਸੀਗੀ ਉਹਨਾਂ ਦੀ ਦੀਵਾ ਬਲੇ ਸਾਰੀ ਰਾਤ ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕੰਮ ਜਿਹੜਾ ਹੈ ਨਿਰਮਲ ਰਿਸ਼ੀ ਜੀ ਤੇ ਬਾਲੀਵੁੱਡ ਦੇ ਵਿੱਚ ਜੋ ਅਦਾਕਾਰ ਨੇ ਪੰਜਾਬੀ ਅਲਾਕਾ ਅਦਾਕਾਰ ਬਾਲੀਵੁੱਡ ਦੇ ਵਿੱਚ ਅਦਾਕਾਰੀ ਕਰ ਚੁੱਕੇ ਨੇ ਤੇ ਫਿਲਹਾਲ ਹਾਲੀਵੁੱਡ ਦੇ ਵਿੱਚ ਜਿਹੜਾ ਹੈ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਦਿਤਰਾਸ਼ਟ ਦੇ ਨਾਮ ਤੋਂ ਫੇਮ ਜਿਹੜੇ ਹੈਗੇ ਮਹਾਭਾਰਤ ਦੇ ਵਿੱਚ ਜਿਨ੍ਹਾਂ ਨੇ ਦਿਤਰਾਸ਼ ਦਾ ਰੋਲ ਕੀਤਾ ਸੀਗਾ ਤਾਂ ਮਿਸਟਰ ਗਿਰਜਾ ਸ਼ੰਕਰ ਜੀ ਉਹਨਾਂ ਦੀ ਪਹਿਲੀ ਫਿਲਮ ਸੀਗੀ ਦੀਵਾ ਬਲੇ ਸਹਾਰੀ ਰਾਤ ਤਾਂ ਉਹਨਾਂ ਵਿੱਚ ਨਿਰਮਲ ਰਿਸ਼ੀ ਤੇ ਗਿਰਜਾ ਸ਼ੰਕਰ ਜੀ ਵੱਲੋਂ ਬੜਾ ਅੱਛਾ ਕੰਮ ਜਿਹੜਾ ਹੈ ਕੀਤਾ ਗਿਆ ਸੀਗਾ ਤਾਂ ਗੱਲ ਕਰੀਏ ਨਿਰਮਲ ਰਿਸ਼ੀ ਜੀ ਦੀ ਤਾਂ ਉਹਨਾਂ ਦੇ ਹੋਰ ਵੀ ਕਈ ਇਹ ਜੇ ਕੰਮ ਜਿਹੜੇ ਹਨ ਲੋਕਾਂ ਲਈ ਕੀਤੇ ਗਏ ਹਨ ਤਾਂ ਬੜਾ ਅੱਛਾ ਜਿਹੜਾ ਉਹਨਾਂ ਨੇ ਪੰਜਾਬੀ ਅਧਿਕਾਰੀ ਦੇ ਰੂਪ ਦੇ ਵਿੱਚ ਕੰਮ ਕੀਤਾ ਹਾਲਾਂਕਿ ਟੈਲੀਵਿਜ਼ਨ ਨਾਟਕਾਂ ਦੇ ਵਿੱਚ ਵੀ ਕੰਮ ਕੀਤਾ ਤਾਂ ਇਸਦੇ ਨਾਲ ਹੀ ਗੱਲ ਕਰੀਏ ਪ੍ਰਾਨ ਰਿਸ਼ੀ ਪ੍ਰਾਨ ਸਬਰਵਾਲ ਜੀ ਦੀ ਤਾਂ ਪ੍ਰਾਨ ਸਬਰਵਾਲ ਜੀ ਜਿਹੜੇ ਹੈ ਜਲੰਧਰ ਦੇ ਵਿੱਚ ਜਨਮੇ ਤਾਂ ਜਲੰਧਰ ਦੇ ਜਨਮ ਦੌਰਾਨ ਉਹ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਆਪਣੇ ਚਾਚੇ ਦੇ ਨਾਲ ਰਾਮ ਨੀਲਾ ਦੇਖਣ ਜਾਂਦੇ ਸੀਗੇ ਤਾਂ ਰਾਮ ਨੀਲਾ ਤੋਂ ਬਾਅਦ ਉਹਨਾਂ ਦਾ ਜਿਹੜਾ ਹੈ ਰੰਗ ਮੰਚ ਦੇ ਨਾਲ ਪਿਆਰ ਹੋ ਗਿਆ ਤਾਂ ਉਸ ਤੋਂ ਬਾਅਦ ਰਾਮ ਦੀ ਭੂਮਿਕਾ ਦੇ ਨਾਲ ਪਿਆਰ ਹੋ ਗਿਆ ਜਿਸ ਤੋਂ ਬਾਅਦ ਉਹ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਹੈ ਰੰਗ ਮੰਚ ਦੇ ਨਾਲ ਜੁੜ ਗਏ ਤਾਂ ਇਸ ਦੇ ਬਾਅਦ ਇਹਨਾਂ ਦੀ ਜਿਹੜੀ ਸੀਗੀ ਮੁਲਾਕਾਤ ਹਰਪਾਲ ਟਿਵਾਣਾ ਜੀ ਨਾਲ ਹੋਈ ਤਾਂ ਉਸ ਤੋਂ ਬਾਅਦ ਇਹ ਥੀਏਟਰ ਕਲਾਕਾਰ ਦੇ ਰੂਪ ਦੇ ਵਿੱਚ ਕੰਮ ਕਰਨ ਲੱਗੇ ਤਾਂ 1960 ਦੇ ਵਿੱਚ ਇਹਨਾਂ ਦੀ ਪਹਿਲੀ ਪਿਕਚਰ ਆਈ ਸੀ ਤਾਂ ਕਰਤਾਰਾ ਸਰਦਾਰਾਂ ਦੇ ਨਾਮ ਤੋਂ ਤਾਂ ਉਸ ਤੋਂ ਬਾਅਦ ਇਹ ਰੁਕੇ ਨਹੀਂ ਤੇ ਉਸ ਤੋਂ ਬਾਅਦ ਜਿਹੜਾ ਹੈ ਲਗਾਤਾਰ ਥੀਏਟਰ ਦੇ ਵਿੱਚ ਜੋ ਕੰਮ ਕਰਦੇ ਰਹੇ ਪੰਜਾਬੀ ਰੰਗ ਮੰਚ ਦੇ ਨਾਲ ਜੁੜੇ ਰਹੇ ਤਾਂ ਹਾਲੇ ਵੀ ਪੰਜਾਬ ਕਲਾ ਮੰਚ ਦੇ ਨਾਲ ਉਹ ਜੁੜੇ ਹੋਏ ਆ ਤੇ ਇਹਨਾਂ ਦੋਨਾਂ ਉੱਗੀ ਸ਼ਕਸ਼ੀਤਾ ਨੂੰ ਜਿਹੜਾ ਹੈ ਪੰਜਾਬ ਦੇ ਲਈ ਬੜਾ ਮਾਣ ਦੀ ਗੱਲ ਹੈ ਤਾਂ ਜੋ ਗਣਤੰਤਰ ਦਿਵਸ ਤੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਅਗਲੀ ਖਬਰ ਵੱਲ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਜਿਸ ਦਾ ਤੁਸੀਂ ਗੱਲ ਦਾ ਪਹਿਲਾਂ ਜ਼ਿਕਰ ਕਰ ਸਕੋ ਕਿ ਉਹਨਾਂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਉਹਨਾਂ ਦੇ ਵਾਈਫ ਪ੍ਰੈਗਨੈਂਟ ਨੇ ਜਨਤਕ ਤੌਰ ਤੇ ਉਹਨਾਂ ਨੇ ਇਸ ਗੱਲ ਦਾ ਐਲਾਨ ਵੀ ਕੀਤਾ ਹੈ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਵੀ ਕਾਫੀ ਜ਼ਿਆਦਾ ਹੋਈ ਹੈ ਅਤੇ ਇੱਕ ਸੁਨੇਹਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਹੈ ਕਿ ਅਸੀਂ ਇਹ ਚੈੱਕ ਨਹੀਂ ਕਰਾਇਆ ਮੁੰਡਾ ਹੈ ਜਾਂ ਕੁੜੀ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਹੈ ਕਿ ਮੁੰਡਾ ਕੁੜੀ ਦੇ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਇੱਕ ਪਾਸੇ ਅੱਜ ਵੀ ਸਾਡੇ ਸਮਾਜ ਦੇ ਵਿੱਚ ਮੁੰਡੇ ਅਤੇ ਕੁੜੀ ਦੇ ਬੱਚੇ ਵਿਚਕਾਰ ਜਿਹੜਾ ਉਹ ਬਰਕਰਾਰ ਆਤਾ ਜਿਹੇ ਵਿੱਚ ਸੀਐਮ ਦੇ ਐਲਾਨ ਦੇ ਕੀ ਮਾਇਨੇ ਦੇਖਦੇ ਹੋ ਤਾਂ ਬਿਲਕੁਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲਾਂਕਿ ਆਪਣੇ ਪਰਿਵਾਰਿਕ ਗੱਲਾਂ ਜਿਹੜੀਆਂ ਹੈ ਸਾਂਝੀਆਂ ਕੀਤੀਆਂ ਜਨਤਕ ਤੌਰ ਤੇ ਤਾਂ ਇਹ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀਗਾ ਕਿ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਰ ਜਿਹੜੇ ਪ੍ਰੈਗਨੈਂਟ ਨੇ ਤਾਂ ਹਾਲੇ ਕੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਸ ਗੱਲ ਤੋਂ ਬਾਅਦ ਜਿਹੜਾ ਕਿ ਕਈ ਸਿਆਸੀ افਵਾਹਾਂ ਸਿਆਸੀ ਗੱਲਾਂ ਵੀ ਜਿਹੜੀਆਂ ਸਾਹਮਣੇ ਆਈਆਂ ਸਨ ਤਾਂ ਜਿਸ ਤੋਂ ਬਾਅਦ ਅੱਜ ਜਨਤਕ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਬੂਲ ਕੀਤਾ ਕਿ ਮੇਰੇ ਪਰਿਵਾਰ ਦੇ ਵਿੱਚ ਮੇਰੇ ਘਰ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਖੁਸ਼ੀ ਆਵੇਗੀ ਤਾਂ ਇੱਕ ਖਾ ਸੁਨੇਹਾ ਵੀ ਜਿਹੜਾ ਦਿੱਤਾ ਹੈ ਕਿ ਮੁੰਡਾ ਜਾਂ ਕੁੜੀ ਹੋਵੇ ਅਸੀਂ ਇਹ ਚੈੱਕ ਨਹੀਂ ਕਰਵਾਇਆ ਤਾਂ ਪ੍ਰੂਣ ਹੱਤਿਆ ਨੂੰ ਰੋਕਣ ਲਈ ਸਰਕਾਰਾਂ ਅਹਿਮ ਕਦਮ ਚੁੱਕਦੀਆਂ ਨੇ ਤਾਂ ਕਈ ਜਿਹੜੇ ਸਲੋਗਨ ਵੀ ਜਿਹੜੇ ਹੈ ਦੇਸ਼ ਦੇ ਅੱਗੇ ਜਾਂ ਲੋਕਾਂ ਦੇ ਅੱਗੇ ਪੇਸ਼ ਕੀਤੇ ਜਾਂਦੇ ਆ ਤਾਂ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਖਾਸ ਸਨੇਹਾ ਜਿਹੜਾ ਦੇਸ਼ ਦੇ ਲੋਕਾਂ ਦੇ ਦਿੱਤਾ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਤਾਂ ਡਾਕਟਰ ਗੁਰਪ੍ਰੀਤ ਕੌਰ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਤਨੀ ਨੇ ਉਹ ਮਾਰਚ ਮਹੀਨੇ ਦੇ ਵਿੱਚ ਉਹਨਾਂ ਦੇ ਘਰ ਖੁਸ਼ੀਆਂ ਆਉਣਗੀਆਂ ਤਾਂ ਪੰਜਾਬ ਦੇ ਲਈ ਇੱਕ ਖਾਸ ਸੁਨੇਹਾ ਦਿੱਤਾ ਕਿ ਭ੍ਰूण ਹੱਤਿਆ ਨੂੰ ਰੋਕਣ ਲਈ ਕਿਸੇ ਵੀ ਤਰ੍ਹਾਂ ਦਾ ਚੈੱਕਅਪ ਨਹੀਂ ਕਰਾਇਆ ਗਿਆ ਨਾ ਹੀ ਕੋਈ ਕਰਵਾਵੇ ਤਾਂ ਇਸ ਨੂੰ ਲੈ ਕੇ ਸਾਫ਼ ਤੌਰ ਤੇ ਕਿਹਾ ਕਿ ਮੁੰਡਾ ਹੋਵੇ ਜਾਂ ਕੁੜੀ ਹੋਵੇ ਪਰ ਜਨਤਕ ਤੌਰ ਤੇ ਸਾਫ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਬੂਲਿਆ ਕਿ ਮਾਰਚ ਮਹੀਨੇ ਦੇ ਵਿੱਚ ਮੇਰੇ ਪਰਿਵਾਰ ਦੇ ਘਰ ਖੁਸ਼ੀਆਂ ਆਉਣਗੀਆਂ ਤੇ ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਚੈੱਕਅਪ ਨਹੀਂ ਕਰਵਾਇਆ ਗਿਆ ਤਾਂ ਮੌਸਮ ਦੀ ਗੱਲ ਕਰੀਏ ਪੰਜਾਬ ਦਾ ਮੌਸਮ ਆ ਜਿਹੜਾ ਉਹ ਲੋਕਾਂ ਲਈ ਜਰੂਰ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਇਸ ਵੇਲੇ ਸੋਹਣੀ ਧੁੱਪਾ ਜਿਹੜੀ ਉਹ ਖੜੀ ਹੋਈ ਆ ਲੇਕਿਨ ਸਵੇਰ ਵੇਲੇ ਕਾਫੀ ਜਿਆਦਾ ਧੁੰਦ ਹੁੰਦੀ ਹੈ ਜ਼ੀਰੋ ਵਿਜ਼ਿਬਿਲਟੀ ਹੈ ਜਿਹੜੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਹਾਂ ਬਿਲਕੁਲ ਗੱਲ ਕਰਨਾ ਚਾਹਾਂਗੇ ਮੌਸਮ ਦਾ ਪਰਕੋਪ ਲਗਾਤਾਰ ਜਨਵਰੀ ਮਹੀਨੇ ਤੋਂ ਜਿਹੜਾ ਹੈ ਚੜਿਆ ਹੋਇਆ ਹੈ ਤਾਂ ਧੁੰਦ ਕਾਰਨ ਲੋਕਾਂ ਦਾ ਜਨਜੀਵਨ ਅਸਤਵਿਅਸਤ ਹੋਇਆ ਹੋਇਆ ਲੋਕਾਂ ਦਾ ਘਰੋਂ ਨਿਕਲਣਾ ਜਿਹੜਾ ਮੁਸ਼ਕਿਲ ਹੋਇਆ ਹੋਵੇ ਹਾਲਾਂਕਿ ਕੱਲ ਦੀ ਗੱਲ ਕਰੀਏ ਤੇ ਅੱਜ ਦੀ ਗੱਲ ਕਰੀਏ ਕੁਝ ਧੁੱਪ ਨਿਕਲੀ ਹੈ ਤਾਂ ਰਾਹਤ ਲੋਕਾਂ ਨੂੰ ਮਿਲੀ ਹੈ ਪਰ ਸਵੇਰੇ ਗੱਲ ਕਰੀਏ ਤੇ ਸ਼ਾਮ ਨੂੰ ਗੱਲ ਕਰੀਏ ਹਾਲਾਂਕਿ ਠੰਡ ਜਿਹੜੀ ਹੈ ਠਿਠੁਰਣ ਭਰਨ ਵਾਲ ਉਹ ਜੀਣਾ ਦੁੱਬਰ ਹੋਇਆ ਹੋਵੇ ਆਪਣੇ ਕਮਾਂਕਾਰਾਂ ਤੇ ਜਾਣਾਂ ਨੂੰ ਜਿਹੜਾ ਹੈ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ ਤੇ ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਇੱਕ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਕਿ ਹਾਲੇ ਠੰਡ ਤੋਂ ਰਾਹਤ ਨਹੀਂ ਮਿਲੇਗੀ ਕਿਉਂਕਿ ਆਉਣ ਵਾਲੇ ਫਰਵਰੀ ਦੇ ਮਹੀਨੇ ਦੇ ਵਿੱਚ ਜਿਹੜੇ ਪਹਿਲਾ ਹਫਤਾ ਹੈ ਤਾਂ ਉਸ ਦੇ ਵਿੱਚ ਮੀਂਹ ਪੈਣ ਦੀ ਸੜੀ ਸੰਭਾਵਨਾ ਹੈ ਤਾਂ ਮੀਂਹ ਪੈਣ ਦੇ ਕਾਰਨ ਠੰਡ ਜਿਹੜੀ ਹੈ ਇੱਕ ਵਾਰੀ ਫੇਰ ਤੋਂ ਜਿਹੜੀ ਦਸਤਕ ਦੇਗੀ ਤਾਂ ਠੰਡ ਹਾਲਕੀ ਪਹਿਲਾਂ ਹੀ ਪ੍ਰਕੋਪ ਜਿਹੜਾ ਚੱਲ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਵੀ ਠੰਡ ਦਾ ਪ੍ਰਕੋਪ ਰਹਿਣ ਵਾਲਾ ਹੈ ਹਾਲਾਂਕਿ ਦਿਨ ਦੇ ਵਿੱਚ ਧੁੱਪ ਨਿਕਲ ਰਹੀ ਹੈ ਤਾਂ ਹੁਣ ਅੱਗੇ ਠੰਡ ਕਿਸ ਤਰੀਕੇ ਦੀ ਰਹੇਗੀ ਆਨਲ ਸਮੇਂ ਚ ਮੌਸਮ ਲਗਾਤਾਰ ਜਿਹੜੀ ਜਾਣਕਾਰੀ ਦਿੰਦਾ ਰਹਿੰਦਾ ਤਾਂ ਫਿਲਹਾਲ ਜਿਹੜੀ ਹੈ ਜੋ ਜਾਣਕਾਰੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ ਕਿ ਜਨਵਰੀ ਦੇ ਲਾਸਟ ਦਿਨ ਜਾਂ ਫਰਵਰੀ ਦੇ ਪਹਿਲੇ ਦਿਨ ਜਿਹੜੇ ਹੈਗੇ ਉਹ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਆਖਰੀ ਖਬਰ ਵੱਲ ਵਧਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 13 ਜ਼ੀਰੋ ਦਾ ਨਾਅਰਾ ਦਿੱਤਾ ਗਿਆ ਤਪਾਰਥ ਪੂਸ਼ਣ ਆਸ਼ੂ ਜਿਹੜੇ ਕਾਂਗਰਸ ਦੇ ਲੀਡਰ ਨੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਇਸ ਬਿਆਨ ਤੋਂ ਬਾਅਦ ਚਰਚਾਵਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਉਹਨਾਂ ਦਾ ਵੀ ਬਿਆਨ ਆ ਜਿਹੜਾ ਉਹ ਸਾਹਮਣੇ ਆਇਆ ਤਾਂ ਇੰਡੀਆ ਗੱਠ ਜੋੜ ਦੀ ਪੰਜਾਬ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਕਿਵੇਂ ਦੇਖਦੇ ਹੋ ਬਿਲਕੁਲ ਇੰਡੀਆ ਗੱਟ ਜੌਰਨ ਨੂੰ ਲੈ ਕੇ ਹਾਲਾਂਕਿ ਦੇਸ਼ ਪਰ ਦੇ ਵਿੱਚ ਅਲਾਈਅੰਸ ਦੀ ਗੱਲ ਕੀਤੀ ਜਾਂਦੀ ਸੀਗੀ ਤਾਂ ਅਲਾਈਅੰਸ ਤੋਂ ਬਾਅਦ ਕਿਤਨੇ ਕਿਤੇ ਪੰਜਾਬ ਦੀ ਸਿਆਸਤ ਦੇ ਉੱਤੇ ਵਿੱਚ ਇੱਕ ਵੱਡੀਆਂ ਗੱਲਾਂ ਜਿਹੜੀਆਂ ਸਾਹਮਣੇ ਨਜ਼ਰ ਆ ਰਹੀਆਂ ਸਨ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਵਿਰੋਧੀ ਧਿਰ ਦੀ ਭੂਮਿਕਾ ਜਿਹੜੀ ਹੈ ਕਾਂਗਰਸ ਨਿਭਾ ਰਹੀ ਹੈ ਤੇ ਇਸ ਨੂੰ ਲੈ ਕੇ ਕਿਤਨੇ ਕਿਤੇ ਇਹ ਸਾਫ਼ ਤੌਰ ਤੇ ਕਿਹਾ ਜਾ ਰਿਹਾ ਸੀਗਾ ਕਾਂਗਰਸ ਦੇ ਜਿਹੜੇ ਵੱਡੇ ਨੇਤਾ ਹੈ ਉਹ ਕਾਂਗਰਸ ਹਾਈ ਕਮਾਨ ਕੋਲ ਦਸਤਕ ਦੇ ਜਿਹੜੀ ਹੈ ਗੱਲਾਂ ਕਰਦੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਡੇ ਨੇਤਾਵਾਂ ਦੇ ਉੱਤੇ ਤਸ਼ੱਦਦ ਕੀਤੀ ਹਾਰੀ ਹੈ ਤਾਂ ਦੋ ਦਰਜਨ ਵੱਧ ਨੇ ਤਾਂ ਉਹਦੇ ਉੱਤੇ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਹਾਲਾਂਕਿ ਕਈ ਜੇਲ੍ਹ ਦੇ ਵਿੱਚ ਵੀ ਬੰਦ ਨੇ ਤਾਂ ਬੀਤੇ ਦਿਨ ਵੀ ਸੁਖਪਾਲ ਖੈਰਾ ਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਐਨਡੀਪੀਐਸ ਮਾਮਲੇ ਦੇ ਵਿੱਚ ਕੀਤਾ ਗਿਆ ਸੀ ਹਾਲਾਂਕਿ ਉਹ ਪਿਛਲੀ ਸਰਕਾਰਾਂ ਦੇ ਦੌਰਾਨ ਜਿਹੜੇ ਪਰਚੇ ਕੀਤੇ ਗਏ ਸੀਗੇ ਤਾਂ ਇਸ ਦੇ ਉੱਤੇ ਸਾਫ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਥਿਤੀ ਸਪਸ਼ਟ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਇੰਡੀਆ ਅਲਾਈንስ ਨਹੀਂ ਹੋਵੇਗਾ ਤਾਂ ਇਸ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਕੋਲ ਪਹਿਲਾਂ ਹੀ ਇਹ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਅਲਾਈንስ ਨਹੀਂ ਕਰਨਾ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਦੇ ਲੋਕ ਕੀਤੇ ਗਏ ਕੰਮ ਹੈ ਉਹ ਲੋਕਪੱਖੀ ਨਹੀਂ ਹੈ ਤਾਂ ਕਿਸ ਤਰ੍ਹਾਂ ਕੀਤੇ ਪੰਜਾਬ ਦੇ ਵਿੱਚ ਨੁਕਸਾਨ ਚ ਲੈਣਾ ਪੈ ਸਕਦਾ ਤੇ ਆਪਣੇ ਨੇਤਾਵਾਂ ਦੇ ਉੱਤੇ ਜਿਹੜੀ ਤਸ਼ੱਦਦ ਕੀਤੀ ਗਈ ਹੈ ਜਾਂ ਪਰਚੇ ਦਰਜ ਕੀਤੇ ਗਏ ਇਹਨਾਂ ਦਾ ਵੀ ਜਿਹੜਾ ਠੀਕ ਰਹਾ ਆਵਾਂ ਦੀ ਪਾਰਟੀ ਤੇ ਜਿਹੜਾ ਫੋੜਿਆ ਗਿਆ ਸੀਗਾ ਤਾਂ ਇਸ ਨੂੰ ਲੈ ਕੇ ਸਾਫ਼ ਤੌਰ ਤੇ ਕਾਂਗਰਸ ਜਿਹੜੀ ਹੈ ਕਿਤੇ ਕਹਿੰਦੇ ਖੁਸ਼ ਨਜ਼ਰ ਆ ਰਹੀ ਹੈ ਤਾਂ ਕਾਰਜਕਾਰੀ ਪ੍ਰਧਾਨ ਕਾਂਗਰਸ ਦੇ ਨੇ ਭਾਰਤਪੂਸ਼ ਨਾਸ਼ੂ ਉਹਨਾਂ ਵੱਲੋਂ ਖੁਸ਼ੀ ਜਤਾਈ ਗਈ ਹੈ ਕਿ ਇਹ ਇੰਡੀਆ ਐਲਾਈਜ ਜਿਹੜਾ ਹੈ ਪੰਜਾਬ ਦੇ ਵਿੱਚ ਗੜਜੋੜ ਨਹੀਂ ਕਰੇਗਾ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਨ ਦਿੱਤਾ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਤੋਂ ਬਾਅਦ ਜਿਹੜਾ ਹੈ ਆਸ਼ੂ ਨੇ ਖੁਸ਼ੀ ਪ੍ਰਗਟਾਈ ਹੈ ਬੀਤੇ ਆਏ ਪੰਜਾਬ ਇੰਚਾਰਜ ਜੋ ਕਾਂਗਰਸ ਦੇ ਨੇ ਦਵਿੰਦਰ ਯਾਦਵ ਉਹਨਾਂ ਦੀ ਮੀਟਿੰਗਾਂ ਜਿਹੜੀਆਂ ਕੀਤੀਏ ਗਏ ਸਨ ਉਸ ਮੀਟਿੰਗ ਦਾ ਭਾਰਤ ਪੂਸ਼ਣ ਆਸ਼ੂ ਵੱਲੋਂ ਬਾਈਕਾਟ ਵੀ ਕੀਤਾ ਗਿਆ ਸੀਗਾ ਤਾਂ ਬਾਈਕਾਟ ਤੋਂ ਬਾਅਦ ਇੱਕ ਬਿਆਨ ਜਿਹੜਾ ਹੁਣ ਸਾਹਮਣੇ ਆਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਿ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਵਾਮ ਦੀ ਪਾਰਟੀ ਦਾ ਗੱਟਜੋੜ ਨਹੀਂ ਹੋਏਗਾ ਜਿਸ ਤੇ ਬਾਅਦ ਕਾਂਗਰਸ ਜਿਹੜੀ ਹੈ ਕਿਤਨੇ ਕਿਤੇ ਖੁਸ਼ ਨਜ਼ਾਰ ਦਿਖਾਈ ਦੇ ਰਹੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ 13 0 ਦਾ ਜਿਹੜਾ ਮਿਸ਼ਨ ਹੈ ਉਹ ਕੱਲਿਆਂ ਲੜਨ ਦੇ ਵਿੱਚ ਕਿਤਨੇ ਕਿਤੇ ਫਾਇਦਾ ਹੋਏਗਾ ਤੇ ਹੁਣ ਅਸੀਂ ਸਮੇਂ ਚ ਦੇਖਦੇ ਹਾਂ ਹਾਲਾਂਕਿ ਇਸ ਤੋਂ ਬਾਅਦ ਕੀ ਕੁਝ ਸਾਹਮਣੇ ਨਿਕਲ ਕੇ ਆਂਦਾ ਪਰ ਫਿਲਹਾਲ ਜਿਹੜੀ ਗੱਟਜੋੜ ਦੀ ਸੰਭਾਵਨਾ ਉਹ ਖਤਮ ਹੋ ਚੁੱਕੀਆਂ ਨਹੀਂ ਤਾਂ ਪੰਜਾਬ ਦੀਆਂ ਮੁਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ ਪ੍ਰੋਗਰਾਮ ਖਬਰਾਂ ਦਾ ਨਿਚੋੜ ਵਿੱਚ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹਿਣਾ ਫੈਕਟ ਨਿਊਜ਼